ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਪਸ਼ੂਆਂ ਦੇ ਕੁਝ ਸੁਝਾਅ ਸਾਂਝੇ ਕਰਾਂਗੇ। ਗਾਈਆਂ ਲਈ ਸਾਂਭ ਸੰਭਾਲ, ਗੱਬਣ ਅਤੇ ਦੁੱਧੋਂ ਭੱਜੀ ਗਾਂ ਦੀ ਸੰਭਾਲ। ਗੱਬਣ ਲਵੇਰੀ ਨੂੰ ਸੂਣ ਦੀ ਤਰੀਕ ਤੋਂ 60 ਦਿਨ ਪਹਿਲਾਂ ਦੁੱਧੋਂ ਭਜਾ ਦਿਓ। ਅਜਿਹਾ ਕਰਨ ਲਈ ਉਸ ਦਾ ਦਾਣਾ 5 ਤੋਂ 7 ਦਿਨ ਲਈ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਘਟਾ ਦਿਓ। ਤਣਾਂ ਦੀ ਸੋਜ, ਛਿਛੜਾ ਰੋਗ ਦੇ ਬਚਾਅ ਲਈ ਕਿਰਮ ਨਾਸ਼ਕ ਦਵਾਈ ਚੜਾ ਦਿਓ। ਗਰਭਕਾਲ ਦੇ ਆਖਰੀ 3 ਮਹੀਨੇ ਦੌਰਾਨ ਖੁਰਾਕ ਦਿਓ ਤਾਂ ਕਿ ਹਵਾਨੇ ਅਤੇ ਬੱਚੇ ਦਾ ਵਿਕਾਸ ਚੰਗੀ ਤਰ੍ਹਾਂ ਹੋਵੇ ਅਤੇ ਆਉਣ ਵਾਲੇ ਸੂਬੇ ਵਿੱਚ ਦੁੱਧ ਦੀ ਚੰਗੀ ਪੈਦਾਵਾਰ ਹੋਵੇ ਅਤੇ ਸਰੀਰਕ ਸਮਰੱਥਾ ਬਣ ਜਾਵੇ। ਗੱਭਣ ਪਸ਼ੂਆਂ ਨੂੰ ਪਹਿਲੇ 2 ਸੂਏ 1 ਕਿਲੋਗ੍ਰਾਮ ਵੰਡ ਜ਼ਿਆਦਾ ਪਾਓ, ਕਿਉਂਕਿ ਉਹਨਾਂ ਦੇ ਸਰੀਰਕ ਦਾ ਵੀ ਵਾਧਾ ਹੋ ਰਿਹਾ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।